ਜਿਵੇਂ ਕਿ ਆ ਜਾਂਦਾ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਸੰਤੁਸ਼ਟ ਹੋਣਾ ਚਾਹੀਦਾ ਔਰ ਮਨ ਲੱਗਦਾ ਹੈ ਕਿ ਇਹ ਚੀਜ਼ ਐਕਸੈਪਟ ਕਰਨੀ ਬਹੁਤ ਔਖੀ ਹੈ ਕਿ ਅਸੀਂ ਸੰਤੁਸ਼ਟ ਹੈਗੇ ਆਂ ਬਟ ਇੱਕ ਕਲਾ ਦੇ ਵਿੱਚ ਸੰਤੁਸ਼ਟੀ ਤੇ ਇੱਕ ਆਪਣੀ ਜ਼ਿੰਦਗੀ ਦੇ ਵਿੱਚ ਸੰਤੁਸ਼ਟੀ ਹੋਣੀ ਕਿੰਨੀ ਕੁ ਜ਼ਰੂਰੀ ਹੈ ਜਾਂ ਸਰਤਾਜ ਹੋਣੀ ਆਪਣੀ ਜ਼ਿੰਦਗੀ ਤੋਂ ਜਾਂ ਕਲਾ ਤੋਂ ਕਿੰਨੇ ਕੁ ਸੰਤੁਸ਼ਣੇ ਬਣਾਲੇ ਜੇ ਦੱਸਣਾ ਕਾਮਯਾਬੀ ਕੀ ਤਾ ਖੁਦ ਮੁਖਤਾਰੀਆਂ ਆਖੋ ਜੇ ਦੱਸਣਾ ਏ ਹਿਸਾਬੀ ਕੀ ਤਾ ਸਾਂ ਸਾਰੀਆਂ ਜੇ ਦਸਣਾਏ ਕਿਤਾਬੀ ਕੀ ਤਕ ਲੰਪਾਰੀਆਂ ਆਂਖੋ ਜੇ ਦਸਣਾਏ ਸ਼ਰਾਬੀ ਕੀ ਤਸੁਰਤਾਂ ਖਾਰੀਆਂ ਆਂਖੋ ਜੇ ਦਸਣਾਏ ਇਨਕਲਾਬੀ ਕੀ ਤ ਫਿਰ ਸਰਦਾਰੀਆਂ ਆਂਖੋ ਜੇ ਦਸਣਾਏ ਪੰਜਾਬੀ ਕੀ ਤ ਫਿਰ ਦਿਲਦਾਰੀਆਂ ਆਂਖੋ ਜੇ ਦਸਣਾਏ ਦੁਆਬੀ ਕੀ ਤ ਬਰਖੁਰਦਾਰੀਆਂ ਆਂਖੋ ਐ ਸਰਦਾਰ ਚਾਬੀ ਕੀ ਤ ਫਿਰ ਖਮਾਰੀਆਂ ਵਾਹ ਹੱਥੋਂ ਕੀ ਹੱਥੋਂ ਤੇ ਯੋ ਸੁਣੀਏ ਮਮ ਤੁਸੀਂ ਸੰਤੁਸ਼ਟ ਹੋ ਆਪਣੀ ਜ਼ਿੰਦਗੀ ਤੋਂ ਆਪਣੀ ਕਲਾ ਤੋਂ ਹਾਂਜੀ ਮੈਂ ਮਤਲਬ ਸੈਟੀਸਫਾਈਡ ਆ ਬਟ ਮੇਰੇ ਛੰਗਰ ਵੀ ਬਹੁਤ ਹੈ ਆਈ ਨਹੀਂ ਕਿ ਮੈਂ ਹੁਣ ਰਿਟਾਇਰਮੈਂਟ ਲੈ ਕੇ ਕਿਸੇ ਵੀ ਮਾਊਂਟਨ ਟਾਪ ਤੇ ਜਾ ਕੇ ਯੂ نو ਜ਼ਿੰਦਗੀ ਜਿਉਂਗੀ ਅੱਜ ਮੈਂ ਬਹੁਤ ਕੁਝ ਕਰਨਾ ਹੈ ਪਰ ਆਮ ਵੈਰੀ ਹੈਪੀ ਜੋ ਮੈਂ ਕਰ ਰਹੀ ਆ ਐਂਡ ਬਟ ਹੰਗਰ ਤਾਂ ਹੈ ਪੈਸ਼ਨ ਤਾਂ ਹੈ ਕਿ ਹੋਰ ਕੁਝ ਕਰਾਂ ਅਸੀਂ ਹਮੇਸ਼ਾ ਤੁਹਾਡੀ ਫਿਲਮਾਂ ਦੇ ਵਿੱਚ ਖਾਸ ਤੌਰ ਤੇ ਗੱਲ ਦੇਖੀ ਹੈ ਕਿ ਤੁਸੀਂ ਹਮੇਸ਼ਾ ਟੀਸੀ ਕੈਰੈਕਟਰ ਨੂੰ ਜ਼ਰੂਰੀ ਇਨੀਸ਼ੀਏਟਿਵ ਲੈਣੇ ਉਹ ਐਕਸੈਪਟ ਕਰਨ ਦਾ ਵਿੱਚ ਚਾਹੇ ਇਸ ਫਿਲਮ ਦੀ ਹੀ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਦੇ ਨਾਲ 3D ਲੁੱਕ ਤੁਹਾਡਾ ਦਿਖਾਇਆ ਗਿਆ ਚਾਹੇ ਉਹ ਤੁਹਾਡੀ ਸ਼ਰਟ ਦਾ ਹੈ ਜਾਂ ਸਲਵਾਰ ਦਾ ਹੈ ਜਾਂ ਦੁਪੱਟੇ ਦਾ ਹੈ ਉਸ ਤਰ੍ਹਾਂ ਦਾ ਜਿਹੜਾ ਲੁੱਕ ਤੁਸੀਂ ਕੈਰੀ ਕੀਤਾ ਗਿਆ ਪਰ ਮੋਸਟਲੀ ਕੁੜੀਆਂ ਅੱਜਕੱਲ ਮੈਨੂੰ ਲੱਗਦਾ ਹੈ ਇਸ ਚੀਜ਼ ਤੋਂ ਗੁਰੇਜ਼ ਜ਼ਰੂਰ ਕਰਦੀਆਂ ਨੇ ਕਿ ਆਪਾਂ ਵੈਸਟਰਨਾਈਜ਼ੇਸ਼ਨ ਨੂੰ ਐਕਸੈਪਟ ਕਰਨਾ ਹੈ ਟੀਸੀ ਲੁੱਕ ਨੂੰ ਆਪਾਂ ਥੋੜਾ ਐਵੋਇਡ ਕਰੀਏ ਤਾਂ ਕਿ ਆਪਾਂ ਸਾਨੂੰ ਜ਼ਿਆਦਾ ਫੇਮ ਮਿਲੇ ਇਸ not only younger generation i think unhonu um, no lagda hai ki shayad jaisi glamorous aur glamorous lagange in western kapde and all that shayad asi aur famous banange aur followers milange and aur attention milugi ਇਸ ਫਿਲਮ ਦੇ ਵਿੱਚ ਆਪਾਂ ਵੇਖਿਆ ਕਿ ਤੁਸੀਂ ਹਰਮੋਨੀ ਦੇ ਨਾਲ ਅਸਰ ਪੂਰੀ ਫਿਲਮ ਦੇ ਗੀਤਾਂ ਨੂੰ ਸ਼ੂਟ ਕੀਤਾ ਹੈ ਜ਼ਿਆਦਾਤਰ ਜੋ ਉਦੇ ਆਲੇ ਦੁਆਲੇ ਜਿਵੇਂ ਸਾਰੀ ਗੁਰੂਆਂ ਤੋਂ ਸਿੱਖਿਆ ਲੈਂਦੇ ਹੋ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਸਾਰੇ ਬੈਠਦੇ ਆ ਸਿੱਖਿਆ ਲੈਂਦੇ ਔਰ ਅੱਜ ਜੋ ਚੀਜ਼ ਬਹੁਤ ਮਿਸਿੰਗ ਹੈ ਮੈਨੂੰ ਲੱਗਦਾ ਸੋ ਅੱਜ ਜ਼ਿਆਦਾਤਰ ਅੱਜਕੱਲ ਦੀ ਪੀੜੀ ਨੇ ਇਹ ਜ਼ਿਆਦਾ ਵੀ ਪ੍ਰਾਇੋਰਟੀ ਦੇਣੀ ਸ਼ੁਰੂ ਕਰ ਦਿੱਤੀ ਹੈ ਕਿ ਆਪਾਂ ਗਿਟਾਰ ਹੀ ਸਿੱਖਾਂਗੇ ਜਾਂ ਪਿਆਨੋ ਹੀ ਸਿੱਖਾਂਗੇ ਸੋ ਤੁਹਾਨੂੰ ਕੀ ਲੱਗਦਾ ਇਹ ਚੀਜ਼ ਪਿੱਡ ਚਾਲ ਹੋ ਚੁੱਕੀ ਹੈ ਜਾਂ ਅਸੀਂ ਆਪਣਾ ਸਟੈਂਡਰਡ ਸਮਝਣਾ ਸ਼ੁਰੂ ਕਰ ਦਿੱਤਾ ਹੈ ਕਿ ਆਪਾਂ ਸਿਰਫ ਗਿਟਾਰ ਨੂੰ ਹੀ ਪ੍ਰਾਇੋਰਟੀ ਦਵ ਇਹ ਟਾਰ ਇੱਕ ਇਹੋ ਜਿਹਾ ਇਨਸਟਰੂਮੈਂਟ ਹੈ ਇੱਕ ਤੋਂ ਇੰਟਰਨੈਸ਼ਨਲ ਆ ਬਹੁਤ ਜਿੰਨੀ ਅਕਸੈਪਟੈਂਸ ਆਦਾ ਹੈ ਹੂੰ ਦੂਸਰਾ ਇੱਕ ਵਾਹਿਦ ਦੁਨੀਆ ਦਾ ਇੱਕ ਇਨਸਟਰੂਮੈਂਟ ਹੈ ਜਿਹਦੇ ਵਿੱਚ ਆ ਨੋਟਸ ਐਂਡ ਰਿਦਮ ਦੋਨੋਂ ਇਕੱਠੇ ਬਣ ਜਾਂਦੇ ਆ ਹੂੰ ਇਹ ਉਹਦਾ ਕੋਈ ਫੈਸ਼ਨੇਬਲ ਰੀਜ਼ਨ ਨਹੀਂ ਹੈਗਾ ਜਦੋਂ ਕੋਈ ਕਿਸੇ ਬੰਦੇ ਨੇ ਸਿਰਫ ਇੱਕ ਇੰਡੀਵਿਜੂਅਲ ਇਨਸਟਰੂਮੈਂਟ ਨਾਲ ਗਾਣਾ ਹੋਵੇ ਤੁਸੀਂ ਕਦੀ ਗਿਟਾਰਿਸਟ ਨੂੰ ਦੇਖਿਓ ਉਹ ਸਟ੍ਰੋਕ ਕਰਦਾ ਹੂੰ ਸਟ੍ਰੋਕ ਰਿਦਮ ਹੈ ਸਟ੍ਰੋਕ ਤੋਂ ਜਿਹੜੀ ਸਾਊਂਡ ਆ ਰਹੀ ਉਹ ਨੋਟਸ ਨਹੀਂ ਇਹੀ ਦਾ ਮੇਜਰ ਰੀਜ਼ਨ ਹੈ ਕਿ ਜੇ ਤਬਲੇ ਹਰਮੋਨੀਅਮ ਨਾਲ ਕੋਈ ਗਾ ਰਿਹਾ ਹੋਗਾ ਉਹਨੂੰ ਨਾਲ ਤਬਲੇ ਵਾਲਾ ਚਾਹੀਦਾ ਹੈ। ਹੂੰ। ਇੱਥੇ ਉਹਦਾ ਰਿਦਮ ਜਿਹੜਾ ਤਬਲੇ ਵਾਲਾ ਹੈ ਉਹ ਆਪ ਹੀ ਹੈ। ਇਹਹੀ ਦਾ ਸਭ ਤੋਂ ਵੱਡਾ ਰੀਜ਼ਨ ਹੈ। ਇਸ ਫੈਲੰਦੇ ਵਿੱਚ ਤੁਸੀਂ ਆਪਣੇ ਕੋਈ ਬਾਡੀ ਲੈਂਗੁਏਜ ਦੇ ਨਾਲ ਜਾਂ ਫਿਰ ਕੋਈ ਬਿਹੇਵੀਅਰ ਦੇ ਨਾਲ ਕੋਈ ਐਕਸਪੈਰੀਮੈਂਟ ਕੀਤਾ ਹੈ? ਮੈਨੂੰ ਲੱਗਦਾ ਥੋੜਾ ਜਿਹਾ ਅਲੜ ਤੇ ਜ਼ਿਆਦਾ ਫਰਾਖਦ ਖੁੱਲਾ ਡੁੱਲਾ ਜਿਹਾ ਜਿਹੜਾ ਕਿ ਜਨਰਲ ਮੈਂ ਨਹੀਂ ਹੈਗਾ ਆ ਉਹ ਹੋਆ ਜਿਹੜਾ ਕਿ ਮੇਰੇ ਲਈ ਮੁਸ਼ਕਲ ਤਾਂ ਨਹੀਂ ਸੀਗਾ ਪਰ ਮੈਨੂੰ ਲੱਗਿਆ ਕਿ ਮੈਂ ਇੱਕਦਮ ਹੀ ਕੋਈ ਬੋਨ ਮਤਲਬ ਕੋਈ ਤਾਲਾ ਖੁੱਲ ਗਿਆ ਤੇ ਮੈਂ ਥੋੜਾ ਜਿਹਾ ਉਹ ਵੀ ਬੜੇ ਹੈਰਾਨ ਸੀ ਲੇਖਰਸ ਵੀ ਚਲੋ ਜਦੋਂ ਸੀਨ ਹੋ ਜਾਂਦਾ ਸੀ ਮੈਂ ਫਿਰ ਉਦੋਂ ਦੇ ਹੋ ਜਾਂਦਾ ਸੀ ਕਿ ਜਿੱਦਾਂ ਮੈਡਮ ਨੇ ਕਿਹਾ ਪਤਾ ਨਹੀਂ ਕੋਈ ਕੀ ਹੁੰਦੀ ਹੈ ਕਿ ਅੱਛਾ ਯਾਰ ਛੱਡੋ ਕੋਈ ਨਹੀਂ ਵਟੈਵਰ ਬਾਤ ਡਿਲੀਟ ਤਾਂ ਕਰ ਹੀ ਦਵਾਂਗੇ ਜੇ ਨਹੀਂ ਵਧੀਆ ਹੋਇਆ ਸਸ਼ੀਕਾਲ ਜੀ ਸਾਰਿਆਂ ਨੂੰ ਸੰਜਾ ਟੀਵੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਸ਼ਵਤਾ ਰਾਣਾ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਸੋ ਜੋ ਸ਼ਖਸੀਅਤਾਂ ਸਾਡੇ ਨਾਲ ਅੱਜ ਮੌਜੂਦ ਨੇ ਮੈਨੂੰ ਲੱਗਦਾ ਹੈ ਕਿ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਮਿਲਣ ਦਾ ਜਾਂ ਉਹਨਾਂ ਦੇ ਨਾਲ ਗੱਲ ਕਰਨ ਦਾ ਬਹਾਨਾ ਲੱਭਦੇ ਹਾਂ ਸੋ ਮੈਨੂੰ ਲੱਗਦਾ ਹੈ ਕਿ ਅੱਜ ਬਹਾਨਾ ਵੀ ਬਹੁਤ ਸੋਹਣਾ ਹੈ ਤੇ ਮੌਕਾ ਵੀ ਬਹੁਤ ਸੋਹਣਾ ਹੈ ਜੇ ਬਿਲਕੁਲ ਫਿਲਮ ਆ ਰਹੀ ਹੈ ਸ਼ਾਇਰ ਸੋ ਉਸ ਦੇ ਨਾਲ ਸੰਬੰਧਿਤ ਅਸੀਂ ਗੱਲਬਾਤ ਕਰਾਂਗੇ ਅੱਜ ਸਤੰਦਰ ਸਰਤਾਜ ਜਰਾਂ ਦੇ ਨਾਲ ਤੇ ਨੀਰੂ ਬਾਜਵਾ ਮੈਮ ਦੇ ਨਾਲ ਸੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੋਵਾਂ ਦਾ ਸਸ਼ੀ ਸੋ ਕਲੈਤਾ ਸੀ ਰੀਅਲੀ ਬਹੁਤ ਬlesed ਆ ਕਿ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਤੁਹਾਡੇ ਵਰਗੇ ਆਰਟਿਸਟ ਨੇ ਜੋ ਹਰ ਇੱਕ ਕਿਰਦਾਰ ਦੇ ਵਿੱਚ ਬੇਸ਼ੱਕ ਫਿਟ ਬੈਠਦੇ ਨੇ ਬਟ ਸਮੇਂ-ਸਮੇਂ ਤੇ ਸਾਡੇ ਲਈ ਹਮੇਸ਼ਾ ਨਵੀਆਂ ਫਿਲਮਾਂ ਲੈ ਕੇ ਆਉਂਦੇ ਨੇ ਜਿਹਨੂੰ ਅਸੀਂ ਹਮੇਸ਼ਾ ਐਂਟਰਟੇਨ ਵੀ ਹੋਣ। ਥੈਂਕ ਯੂ so much, much. ਮਿਹਰਬਾਨੀ ਬਿਲਕੁਲ ਸੋਮਾ ਸ਼ਾਇਦ ਤੋਂ ਸਟਾਰਟ ਕਰਾਂਗੇ ਇਸ ਪੋਸਟਰ ਤੋਂ ਸ਼ੁਰੂਆਤ ਕਰਾਂਗੇ ਜਿਸ ਬਖੂਬੀ ਤਰੀਕੇ ਨਾਲ ਇਸ ਪੋਸਟਰ ਨੂੰ ਡਿਜ਼ਾਈਨ ਕੀਤਾ ਗਿਆ ਇੱਕ ਦੂਜੇ ਦੇ ਨਾਲ ਅੱਖਾਂ ਚੱਕ ਪਾ ਕੇ ਜਿਹਦੇ ਪੋਸਟਰ ਦੇਖਿਆ ਗਿਆ ਸੋ ਮੈਂ ਇਸ ਤੋਂ ਹੀ ਸ਼ੁਰੂਆਤ ਕਰਾਂਗੀ ਕਿ ਕਿਸ ਤਰੀਕੇ ਦੇ ਨਾਲ ਤੁਹਾਡੇ ਦੋਵਾਂ ਦੀ ਅਗਰ ਪਰਸਨਲੀ ਗੱਲ ਕੀਤੀ ਜਾਵੇ ਤਾਂ ਕਿੰਨੇ ਕਿ ਸ਼ਾਇਦ ਤੁਸੀਂ ਹੋ ਇੱਕ ਦੂਜੇ ਨਾਲ ਆਈ ਕੰਟੈਕਟ ਬਣਾਉਣ ਦੇ ਵਿੱਚ ਜਾਂ ਇਸ ਤਰ੍ਹਾਂ ਦਾ ਰੋਲ ਜਾਂ ਇਸ ਤਰ੍ਹਾਂ ਦਾ ਕੈਰੈਕਟਰ ਸ਼ੂਟ ਕਰਨ ਦੇ ਵਿੱਚ ਐਕਸ਼ਨ ਤੋਂ ਬਾਅਦ ਤਾਂ ਕੋਈ ਸ਼ਾਇਨੈਸ ਨਹੀਂ ਰਹਿੰਦੀ ਆਈ ਥਿੰਕ ਪਾਵੇਂ ਉਹ ਮਤਲਬ ਆਈਲ ਟਾਕ ਅਬਾਊਟ ਮਾਈਸੈਲਫ ਅਮ ਐਕਸ਼ਨ ਐਕਸ਼ਨ ਤੋਂ ਬਾਅਦ ਅਸੀਂ ਕੈਰੈਕਟਰ ਵਿੱਚ ਆ ਜਾਂਦੇ ਹਾਂ ਐਂ ਨਾਮ ਹੈ ਨੀਰੂ ਹਨਾਏ ਸਰਤਾਜ ਜੀ ਨੇ ਸੱਤਾ ਤੇ ਸੀਰੋ ਨੂੰ ਕੋਈ ਆਈ ਥਿੰਕ ਥਰ ਵਾਸ ਨੋ ਸ਼ਾਇਨੈਸ ਪਰ ਮੋਸਟਲੀ ਇਹ ਦੇਖਿਆ ਜਾਂਦਾ ਹੈ ਸੁਣਿਆ ਸੁਣਿਆ ਐ ਮੈਂ ਸਤਿੰਦਰ ਸਰਤਾਜ ਸਰ ਥੋੜੇ ਬਾਰੇ ਕਿ ਸਰਤਾਜ ਸਰ ਬਹੁਤ ਸ਼ਾਇਏ ਨੇ ਸੋ ਕਿਵੇਂ ਮਤਲਬ ਇਹ ਚੀਜ਼ ਮੈਨੇਜ ਕਰਦੇ ਨੇ ਖਾਸ ਕਰਕੇ ਜਦੋਂ ਨੀਰੂ ਮੈਮ ਅੱਖਾਂ ਸਾਹਮਣੇ ਹੋਣ ਕਿਵੇਂ ਉਹਨਾਂ ਨੂੰ ਆਈ ਕੰਟੈਕਟ ਕਰਦੇ ਨੇ ਮੇਰੇ ਨਾਲ ਤਾਂ ਕੋਈ ਸ਼ਾਇਨੈਸ ਨਹੀਂ ਦਿਖਾਈ ਹਾਂਜੀ ਨਹੀਂ ਜਿੱਦਾਂ ਇਹਨਾਂ ਨੇ ਕਿਹਾ ਕਿ ਪ੍ਰੋਫੈਸ਼ਨ ਜਦੋਂ ਤੁਹਾਡਾ ਹੁੰਦਾ ਇਹਨਾਂ ਦਾ ਐਕਚੁਅਲੀ ਐਕਸਪੀਰੀਅੰਸ ਵੀ ਜ਼ਿਆਦਾ ਹੈ ਮੇਰਾ ਹਾਲੇ ਨਹੀਂ ਆ ਪਰ ਫਿਰ ਵੀ ਇੱਕ ਕੰਫਰਟ ਹੁੰਦਾ ਹੈ ਉਹ ਜ਼ਰੂਰ ਹੈਗਾ ਮੈਂ ਮਤਲਬ ਇਹਨਾਂ ਦੀ ਇਸ ਗੱਲ ਨੂੰ ਬਹੁਤ ਅਡੋਰ ਕਰਦਾ ਇੱਕ ਬਹੁਤ ਹੀ ਕੀ ਕਹਿੰਦੇ ਹੁੰਦੇ ਆ ਕੋਆਪਰੇਟਿਵ ਕੋ-ਐਕਟਰ ਨੇ ਜਿਹੜਾ ਕਿ ਬਹੁਤ ਜ਼ਿਆਦਾ ਹੈਲਪ ਕਰਦਾ ਹਮ ਕਦੇ ਵੀ ਤੁਸੀਂ ਕਿਸੇ ਫਾਈਨੈਂਸ ਸੈਕਟਰ ਦੀ ਇੰਟਰਵਿਊ ਸੁਣੋਗੇ ਉਹਨਾਂ ਦੇ ਲਈ ਸਭ ਤੋਂ ਪਹਿਲਾਂ ਤਾਂ ਆਬਵੀਅਸਲੀ ਰਾਈਟਿੰਗ ਦੈਨ ਉਹਨੂੰ ਡਾਇਰੈਕਟ ਕਿਨੇ ਕੀਤਾ ਥਰਡ ਉਹਦੇ ਨਾਲ ਕੋ-ਐਕਟਰ ਕੋਣਿਆ ਇਹ ਤਿੰਨੋਂ ਚੀਜ਼ਾਂ ਬਹੁਤ ਮੈਟਰ ਕਰਦੀਆਂ ਪਰਟੀਕੁਲਰਲੀ ਜਿਸ ਤਰ੍ਹਾਂ ਦੀ ਤੁਸੀਂ ਇਹ ਗੱਲ ਕਰਦੇ ਹੋ ਕਿਉਂਕਿ ਇੱਕ ਬਹੁਤ ਹੀ ਸੌਰਟ ਆਫ ਰੋਮੈਂਟਿਸਿਜ਼ਮ ਦੀ ਗੱਲ ਕਰ ਰਹੇ ਹੋ ਉਹਦੇ ਲਈ ਕੋ-ਐਕਟਰ ਫਸਟ ਹੋ ਜਾਂਦਾ ਰਾਈਟਿੰਗ ਸੈਕੰਡਰੀ ਹੋ ਜਾਂਦੀ ਹੈ ਡਾਇਰੈਕਸ਼ਨ ਥਰਡ ਹੋ ਜਾਂਦੀ ਹੈ ਸੋ ਆਬਵੀਅਸਲੀ ਉਹਦੇ ਵਿੱਚ ਕੋ-ਐਕਟਰ ਬਹੁਤ ਜ਼ਿਆਦਾ ਮਿਸਵਾਸ਼ੀ ਜੀ ਤੁਸੀਂ ਸਾਡੀ ਕੈਮਿਸਟਰੀ ਨੇ ਫੀਲ ਕਰੋਗੇ ਤਾਂ ਫਿਲਮ ਯਾ ਬਿਲਕੁਲ ਸੋ ਅਸੀਂ ਹਮੇਸ਼ਾ ਤੁਹਾਡੀ ਫਿਲਮਾਂ ਦੇ ਵਿੱਚ ਖਾਸ ਤੌਰ ਤੇ ਇਹ ਗੱਲ ਦੇਖੀ ਹੈ ਕਿ ਤੁਸੀਂ ਹਮੇਸ਼ਾ 3D ਕਰੈਕਟਰ ਨੂੰ ਜ਼ਰੂਰੀ ਇਨੀਸ਼ੀਏਟਿਵ ਲੈਣੇ ਉਹ ਐਕਸੈਪਟ ਕਰਨ ਦਾ ਵਿੱਚ ਚਾਹੇ ਇਸ ਫਿਲਮ ਦੀ ਹੀ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਦੇ ਨਾਲ 3D ਲੁੱਕ ਤੁਹਾਡਾ ਦਿਖਾਇਆ ਗਿਆ ਚਾਹੇ ਉਹ ਤੁਹਾਡੀ ਸ਼ਰਟ ਦਾ ਹੈ ਜਾਂ ਸਲਵਾਰ ਦਾ ਹੈ ਜਾਂ ਦੁਪੱਟੇ ਦਾ ਹੈ ਉਸ ਤਰ੍ਹਾਂ ਦਾ ਜਿਹੜਾ ਲੁੱਕ ਤੁਸੀਂ ਕੈਰੀ ਕੀਤਾ ਗਿਆ ਬਟ ਮੋਸਟਲੀ ਕੁੜੀਆਂ ਅੱਜ ਕੱਲ ਮੈਨੂੰ ਲੱਗਦਾ ਇਸ ਚੀਜ਼ ਤੋਂ ਗੁਰੇਜ਼ ਜ਼ਰੂਰ ਕਰਦੀਆਂ ਨੇ ਕਿ ਆਪਾਂ ਵੈਸਟਰਨਾਈਜ਼ੇਸ਼ਨ ਨੂੰ ਐਕਸੈਪਟ ਕਰਨਾ ਹੈ 3D ਲੁੱਕ ਨੂੰ ਆਪਾਂ ਥੋੜਾ ਐਵੋਇਡ ਕਰੀਏ ਤਾਂ ਕਿ ਆਪਾਂ ਸਾਨੂੰ ਜ਼ਿਆਦਾ um i think a sun mein diplomatically gal kara um nahi i think it sunp ji man dekho mere i think it ek perception especially um uh, not only younger generation i think unhonu lagda hai ki shayad jaisi glamorous aur glamorous lagange in western kapde and all that shayad asi होर फेमस बनाए होर फॉलोअर्स मिलेंगे एंड होर अटेंशन मिलेगी सो शायद बस और ना पुछ्रोवर्सी ਸੋ ਇਸ ਫਿਲਮ ਦੇ ਵਿੱਚ ਆਪਾਂ ਵੇਖਿਆ ਕਿ ਤੁਸੀਂ ਹਰਮੋਨੀਅਮ ਦੇ ਨਾਲ ਇਸ ਪੂਰੀ ਫਿਲਮ ਦੇ ਗੀਤਾਂ ਨੂੰ ਸ਼ੂਕ ਕੀਤਾ ਹੈ ਜ਼ਿਆਦਾਤਰ ਸੋ ਉਹਦੇ ਆਲੇ ਦੁਆਲੇ ਜਿਵੇਂ ਸਾਰੀ ਗੁਰੂਆਂ ਤੋਂ ਸਿੱਖਿਆ ਲੈਂਦੇ ਹੋ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਸਾਰੇ ਬੈਠਦੇ ਆ ਸਿੱਖਿਆ ਲੈਂਦੇ ਔਰ ਅੱਜ ਜੋ ਚੀਜ਼ ਬਹੁਤ ਮਿਸਿੰਗ ਹੈ ਮੈਨੂੰ ਲੱਗਦਾ ਸੋ ਅੱਜ ਜ਼ਿਆਦਾਤਰ ਅੱਜਕੱਲ ਦੀ ਪੀੜੀ ਨੇ ਇਹ ਜ਼ਿਆਦਾ ਵੀ ਪ੍ਰਾਇੋਰਟੀ ਦੇਣੀ ਸ਼ੁਰੂ ਕਰ ਦਿੱਤੀ ਹੈ ਕਿ ਆਪਾਂ ਗਿਟਾਰ ਹੀ ਸਿੱਖਾਂਗੇ ਜਾਂ ਪਿਆਨੋ ਹੀ ਸਿੱਖਾਂਗੇ ਸੋ ਤੁਹਾਨੂੰ ਕੀ ਲੱਗਦਾ ਇਹ ਚੀਜ਼ ਪੇਟਚਾਲ ਹੋ ਚੁੱਕੀ ਹੈ ਜਾਂ ਅਸੀਂ ਆਪਣਾ ਸਟੈਂਡਰਡ ਸਮਝਣਾ ਸ਼ੁਰੂ ਕਰ ਦਿੱਤਾ ਹੈ ਕਿ ਆਪਾਂ ਸਿਰਫ ਗਿਟਾਰ ਨੂੰ ਹੀ ਪ੍ਰਾਇੋਰਟੀ ਦਵਾਂਗੇ ਮੇਰੇ ਖਿਆਲ ਚ ਥੋੜੀ ਜੀ ਈਜ਼ੀ ਆ ਕੈਰੀ ਕਰਨੀ ਗਿਟਾਰ ਕਿਹੋ ਜਿਹਾ ਇੰਸਟਰੂਮੈਂਟ ਆ ਇੱਕ ਤਾਂ ਇੰਟਰਨੈਸ਼ਨਲ ਆ ਕੋਈ ਜੀ ਦੀ ਐਕਸੈਪਟੈਂਸ ਜ਼ਿਆਦਾ ਹੈ ਹੂੰ ਦੂਸਰਾ ਇੱਕ ਵਾਹਿਦ ਦੁਨੀਆ ਦਾ ਇੱਕ ਇੰਸਟਰੂਮੈਂਟ ਹੈ ਜਿਹਦੇ ਵਿੱਚ ਆ ਨੋਟਸ ਐਂਡ ਰਿਦਮ ਦੋਨੋਂ ਇਕੱਠੇ ਮਿਲ ਜਾਂਦੇ ਆ ਹੂੰ ਇਸ ਉਹਦਾ ਕੋਈ ਫੈਸ਼ਨੇਬਲ ਰੀਜ਼ਨ ਨਹੀਂ ਹੈਗਾ ਜਦੋਂ ਕੋਈ ਕਿਸੇ ਬੰਦੇ ਨੇ ਸਿਰਫ ਇੱਕ ਇੰਡੀਵਿਜੁਅਲ ਇਨਸਮੈਂਟ ਨਾਲ ਗਾਣਾ ਹੋਵੇ ਤੁਸੀਂ ਕਦੀ ਗਿਟਾਰਿਸਟ ਨੂੰ ਦੇਖਿਓ ਉਹ ਸਟ੍ਰੋਕ ਕਰਦਾ ਹਮ ਸਟ੍ਰੋਕ ਰਿਦਮ ਹੈ ਸਟ੍ਰੋਕ ਚ ਜਿਹੜੀ ਸਾਊਂਡ ਆ ਰਹੀ ਹੋ ਉਹ ਨੋਟਸ ਨਹੀਂ ਇਹ ਇਹਦਾ ਮੇਜਰ ਰੀਜ਼ਨ ਆ ਕਿ ਜੇ ਜੇ ਹਾਰਮੋਨੀਅਮ ਨਾਲ ਕੋਈ ਗਾ ਰਿਹਾ ਹੋਊਗਾ ਉਹਨੂੰ ਨਾਲ ਤਬਲੇ ਵਾਲਾ ਚਾਹੀਦਾ ਹੈ ਹਮ ਇੱਥੇ ਉਹਦਾ ਰਿਦਮ ਜਿਹੜਾ ਤਬਲੇ ਵਾਲਾ ਹੈ ਉਹ ਆਪ ਹੀ ਹੈ ਇਹ ਇਹਦਾ ਸਭ ਤੋਂ ਵੱਡਾ ਰੀਜ਼ਨ ਆ ਚੀਜ਼ਾਂ ਫੈਸ਼ਨੇਬਲ ਪਤਾ ਕਿਉਂ ਬਣਦੀਆਂ ਕਿਉਂਕਿ ਉਹ ਯੂਨੀਵਰਸਲ ਹੋ ਜਾਂਦੀਆਂ ਜਨਰਲਾਈਜ਼ ਹੋ ਜਾਂਦੀਆਂ ਕਾਮਨ ਹੋ ਜਾਂਦੀਆਂ ਤੇ ਆਸਾਨ ਹੁੰਦੀਆਂ ਨੇ ਇਸ ਕਰਕੇ ਸੋ ਇਹਦਾ ਇਹ ਮਤਲਬ ਨਹੀਂ ਹੈਗਾ ਕਿ ਇਹ ਭੇਡ ਚਾਲ ਆ ਇਹ ਮਤਲਬ ਹੈ ਕਿ ਉਹ ਕੈਰੀ ਕਰਨਾ ਆਸਾਨ ਆ ਤੇ ਜਦੋਂ ਕੋਈ ਚੀਜ਼ ਬਹੁਤ ਜ਼ਿਆਦਾ ਲੋਕ ਕਰਦੇ ਆ ਤੇ ਉਹ ਫੈਸ਼ਨ ਬਣ ਜਾਂਦਾ ਬਿਲਕੁਲ ਤੇ ਉਹਨੂੰ ਫਿਰ ਕੈਰੀ ਕਰਨ ਨਾਲ ਲੋਕ ਪ੍ਰਾਈਡ ਵੀ ਸਮਝਦੇ ਆ ਇੱਕ ਸਟੇਟਮੈਂਟ ਬਣ ਜਾਂਦੀ ਆ ਸੋ ਦਿਸ ਇਜ਼ ਹਾਉ ਇਹ ਆ ਗਿਆ ਜਿਹੜਾ ਦੂਸਰਾ ਹੈ ਉਹ ਟ੍ਰੈਡੀਸ਼ਨਲ ਐਲੀਮੈਂਟ ਆ ਸਾਡੀ 뮤직 ਦਾ ਉਹਦੇ ਲਈ ਤੁਹਾਨੂੰ ਇੱਕ ਸਟਰੋਂਗ ਅਫੈਕਸ਼ਨ ਚਾਹੀਦੀ ਆ ਆਪਣੇ ਟ੍ਰੈਡੀਸ਼ਨ ਨਾਲ ਉਸ ਮਿਊਜ਼ਿਕੋਲੋਜੀ ਦੇ ਨਾਲ ਉਸ ਸਟੈਂਡਰਡ ਦੇ ਨਾਲ ਉਸਟਾਈਲ ਦੇ ਨਾਲ ਆਦਰਵਾਈਜ਼ ਉਹ ਤੁਹਾਨੂੰ ਵੀ ਲੱਗਦਾ ਕਿ ਯਾਰ ਕਿਹ ਹੈ ਕੰਟੈਂਪੋਰੀਅਰ ਜਿਹੜੀ ਤੁਸੀਂ ਪਹਿਲਾਂ ਇਸ ਤੋਂ ਸਵਾਲ ਕੀਤਾ ਮਿਊਜ਼ਿਕ ਦੇ ਵਿੱਚ ਇਹ ਈਕੁਅਲ ਸਵਾਲ ਹੀ ਆ ਉਸੇ ਤਰ੍ਹਾਂ ਦਾ ਹੀ ਸਵਾਲ ਹੈ ਤੇ ਇਹ ਮੈਨੂੰ ਰੀਜ਼ਨ ਲੱਗਦਾ ਮੇਰੇ ਖਿਆਲ ਚ ਸੋ ਹਮੇਸ਼ਾ ਤੁਸੀਂ ਸਾਡੇ ਲਈ ਫਿਲਮਾਂ ਲੈ ਕੇ ਆਉਣਾ ਜੇਕਰ ਤੁਹਾਡੀ ਪਰਸਨਲੀ ਗੱਲ ਕੀਤੀ ਜਾਵੇ ਤਾਂ ਤੁਸੀਂ ਫਿਲਹਾਲ ਕੀ ਦੇਖ ਰਹੇ ਹੋ ਤੇ ਕੀ ਸੁਣ ਰਹੇ ਹੋ ਸੁਣਦਾ ਤਾਂ ਮੈਂ ਬਹੁਤ ਘੱਟਾਂ ਜੀ ਬਟ ਮੈਨੂੰ ਇੰਟਰਨੈਸ਼ਨਲ ਸਿਨੇਮਾ ਦਾ ਬਹੁਤ ਸ਼ੌਕ ਹੈ ਜਿਵੇਂ ਕਾਨਸਰਟ ਤੋਂ 3 ਵਜੇ ਵੀ ਆਉਣਾ ਤੇ ਕਦੀ ਸੀਰੀਜ਼ ਫਿਰ ਵੀ ਦੇਖਦਾ ਹਾਂ ਜਿਵੇਂ ਉਹ ਮੇਰਾ ਉਹ ਇੱਕ ਕਿਸਮ ਦਾ ਉਹ ਹੋਗਾ ਹਨਾ ਸਲੀਪਿੰਗ ਉਹ ਸਿਸਟਮ ਉਹ ਉਹ ਜ਼ਿਆਦਾਤਰ ਇੰਗਲਿਸ਼ ਹੀ ਹੁੰਦਾ ਤੇ ਪਤਾ ਨਹੀਂ ਸ਼ੁਰੂ ਤੋਂ ਜਦੋਂ ਬਲੈਕ ਪ੍ਰਿੰਸ ਕੀਤੀ ਸੀ ਉਦੋਂ ਥੋੜਾ ਜਿਹਾ ਤੁਹਾਨੂੰ ਗੁਰਤੀ ਉਹ ਮਿਲ ਗਈ ਸੀ ਤੇ ਮੈਨੂੰ ਉਹ ਸਿਨੇਮਾ ਜ਼ਿਆਦਾ ਅਟਰੈਕਟ ਵੀ ਕਰਦਾ ਉਹਨਾਂ ਦੀਆਂ ਪਰਫਾਰਮੈਂਸਸ ਉਹ ਲੈਂਗੁਏਜ ਦਾ ਡਿਪਿਕਸ਼ਨ ਉਹਦੀ ਪੋਰਟਰੇਲ ਸਾਰੀਆਂ ਚੀਜ਼ਾਂ ਸੋ ਇਸ ਵੇਲੇ ਜੋ ਵੀ ਆ ਜਾਂਦਾ ਹਾਲੇ ਤੱਕ ਮੇਰੀ ਕੋਈ ਇਹ ਲੱਭ ਰਿਹਾ ਮੈਂ तकरीबन ਸਾਰੀਆਂ ਸੀਰੀਜ਼ ਮੈਂ ਖਤਮ ਕਰਤੀਆਂ ਹੂਆਂ ਮੇਜਰਲੀ ਮੇਰਾ ਲਾਈਕਿੰਗ ਹਿਸਟੋਰੀਕਲ ਯੂਰੋਪੀਅਨ ਡਰਾਮਾ ਆ ਉਹ ਸਾਰੀਆਂ ਖਤਮ ਹੋ ਗਈਆਂ ਹੁਣ ਕੋ ਨਵੀਂ ਆਊਗੀ ਤਾਂ ਜ਼ਰੂਰ ਸ਼ੁਰੂ ਕਰੂੰਗਾ ਬਿਲਕੁਲ ਸੋ ਇਸ ਫਿਲਮ ਦੇ ਵਿੱਚ ਤੁਸੀਂ ਆਪਣੇ ਕੋਈ ਬਾਡੀ ਲੈਂਗੁਏਜ ਦੇ ਨਾਲ ਜਾਂ ਫਿਰ ਕੋਈ ਬਿਹੇਵੀਅਰ ਦੇ ਨਾਲ ਕੋਈ ਐਕਸਪੈਰੀਮੈਂਟ ਕੀਤਾ ਹੈ ਮੈਨੂੰ ਲੱਗਦਾ ਥੋੜਾ ਜਿਹਾ ਅਲੜ ਤੇ ਜ਼ਿਆਦਾ ਫਰਾਖਦਿਲ ਖੁੱਲਾ ਡੁੱਲਾ ਜਿਹਾ ਜਿਹੜਾ ਕਿ ਜਨਰਲ ਮੈਂ ਨਹੀਂ ਹੈਗਾ ਆ ਉਹ ਹੋ啊 ਜਿਹੜਾ ਕਿ ਮੇਰੇ ਲਈ ਮੁਸ਼ਕਲ ਤਾਂ ਨਹੀਂ ਸੀਗਾ ਪਰ ਮੈਨੂੰ ਲੱਗਿਆ ਕਿ ਮੈਂ ਇੱਕਦਮ ਹੀ ਕੋਈ ਮਤਲਬ ਕੋਈ ਤਾਲਾ ਖੁੱਲ ਗਿਆ ਤੇ ਮੈਂ ਥੋੜਾ ਜਿਹਾ ਉਹ ਵੀ ਬੜੇ ਹੈਰਾਨ ਸੀ ਮੇਕਰਸ ਵੀ ਕਿ ਚਲੋ ਜਦੋਂ ਸੀਨ ਹੋ ਜਾਂਦਾ ਸੀ ਮੈਂ ਫਿਰ ਉਦੋਂ ਦਾ ਇਹ ਹੋ ਜਾਂਦਾ ਸੀ ਕਿ ਜਦੋਂ ਮੈਡਮ ਨੇ ਕਿਹਾ ਕਿ ਪਤਾ ਨਹੀਂ ਉਹ ਕੋਈ ਕੀ ਹੁੰਦੀ ਹੈ ਕਿ ਅੱਛਾ ਯਾਰ ਛੱਡੋ ਕੋਈ ਨਹੀਂ ਵਟ ਏਵਰ ਵਾਚ ਡਿਲੀਟ ਤਾਂ ਕਰ ਹੀ ਦੇਵਾਂਗੇ ਜੇ ਨਹੀਂ ਵਧੀਆ ਹੋਇਆ ਸੋ ਉਹ ਉਹ ਮੈਨੂੰ ਲੱਗਦਾ ਇੱਕ ਲੰਮੀ ਚੀਜ਼ ਹੈ ਸੋ ਮੈਮ ਤੁਸੀਂ ਕੋਈ ਆਪਣੇ ਬਿਹੇਵੀਅਰ ਦੇ ਨਾਲ ਜਾਂ ਕੋਈ ਬਾਡੀ ਲੈਂਗੁਏਜ ਦੇ ਨਾਲ ਇਸ ਫਿਲਮ ਨੂੰ ਲੈ ਕੇ ਕੋਈ ਖਾਸ ਐਕਸਪੈਰੀਮੈਂਟ ਕੀਤਾ ਹੋਵੇ ਆਈ ਥਿੰਕ ਜਦੋਂ ਮਤਲਬ ਸ਼ਾਇਰੀ ਰਿਸਾਈਟ ਕਰਦੀ ਹਾਂ ਜੋ ਕਿ ਸਰਤਾਜ ਜੀ ਨੇ ਤੁਸੀਂ ਦੇਖਿਆ ਕੁਝ ਕੀਤਾ ਸੀ ਥੈਂਕ ਯੂ ਫਾਰ ਥੈਟ ਉਹ ਮੈਂ ਪਹਿਲੀ ਵਾਰ ਕੀਤਾ ਹੈ ਕਿਸੇ ਫਿਲਮ ਚ ਤੇ ਮੈਨੂੰ ਚੈਲੈਂਜਿੰਗ ਵੀ ਲੱਗਿਆ ਸਪੈਸ਼ਲੀ ਇਹਨਾਂ ਦੇ ਸਾਹਮਣੇ ਉਹ ਸੀਨ ਕਰਨੇ ਸੋ ਜਦੋਂ ਵੀ ਅਸੀਂ ਇਹ ਗੱਲ ਸਮਝਦੇ ਹਾਂ ਕਿ ਇਹ ਨਾਲ ਸਮੇਂ ਐਕਟਿੰਗ ਕਰਨਾ ਦਿਸ ਇਜ਼ ਦ ਸੇਮ ਜੀ ਅਸੋ ਸਰਤਾਜ ਸਰ ਤੁਹਾਡਾ ਬੈਕਗ੍ਰਾਉਂਡ 뮤ਜ਼ਿਕ ਚੂਜ਼ ਕਰਨ ਦੇ ਵਿੱਚ ਵੀ ਕੁਝ ਰੂਲ ਰਹਿੰਦਾ ਹੈ ਬੈਕਗ੍ਰਾਉਂਡ 뮤ਜ਼ਿਕ ਚ ਨਹੀਂ ਹੁੰਦਾ ਜੀ ਜਿਹੜਾ origignal score ਕਹਿੰਦੇ ਐ ਨੂੰ ਇੰਟਰਨੈਸ਼ਨਲ ਸਿਨੇਮਾ ਚ origignal score ਹੁੰਦਾ ਜਿੱਦਾਂ ਉੱਥੇ ਤਾਂ ਇੱਕ ਅਦਾ ਗੀਤ ਹੁੰਦਾ ਕੋਈ ਲਾਸਟ ਦੇ ਵਿੱਚ ਸ਼ਾਇਦ ਉਹ ਵੀ ਕਦੀ ਇੱਥੇ ਤਕਰੀਬਨ ਫਿਲਮ ਦੇ ਵਿੱਚ ਬਹੁਤ ਸਾਰਾ 뮤ਜ਼ਿਕ ਦਾ ਐਲੀਮੈਂਟ ਹੁੰਦਾ ਹੈ ਸੌਂਗਸ ਉਹਨੂੰ origignal score ਕਹਿੰਦੇ ਆ ਤੇ ਉਹਦੇ ਵਿੱਚ ਕਾਫੀ ਔਰ অলমোਸਟ ਸਾਰੇ ਤੇ ਮੈਨੂੰ ਇਹਨਾਂ ਨੇ ਜ਼ਿੰਮੇਵਾਰੀ ਦਿੱਤੀ ਹੋਈ ਹੈ ਬਿਲਕੁਲ ਸੋ ਸਾਈਡ ਬਾਈ ਸਾਈਡ ਇੱਕ ਐਕਟਰ ਦੇ ਨਾਲ ਇੱਕ ਪ੍ਰੋਡਿਊਸਰ ਦੀ ਜ਼ਿੰਮੇਵਾਰੀ ਹੋ ਗਈ ਸੇ ਨਾਲ-ਨਾਲ ਤੁਸੀਂ ਬੈਕਗ੍ਰਾਉਂਡ 뮤ਜ਼ਿਕ ਦੀ ਗੱਲ ਕੀਤੀ ਆ ਉਹ ਚੂਜ਼ ਕਰਨ ਦੀ ਜ਼ਿੰਮੇਵਾਰੀ ਸੋ ਇਹ ਜ਼ਿੰਮੇਵਾਰੀਆਂ ਇਕੱਠੀਆਂ ਨਿਭਾਉਣੀਆਂ ਜਾਂ ਕਹਿ ਸਕਦੇ ਆ ਸਮੇਂ ਦੇ ਨਾਲ ਸਿੱਖ ਗਿਓ ਬਹੁਤ ਖੂਬ ਤਰੀਕੇ ਨਾਲ ਨਿਭਾਉਣਾ ਜਾਂ ਫਿਰ ਕਿਤੇ ਨਾ ਕਿਤੇ ਹਜੇ ਵੀ ਇਸ ਚੀਜ਼ ਦੀ ਜ਼ਿੰਮੇਵਾਰੀ ਜਾਂ ਬੋਝ ਰਹਿੰਦਾ ਹੈ ਕਿ ਸਾਈਡ ਬਾਈ ਸਾਈਡ ਇਹਨਾਂ ਜ਼ਿੰਮੇਵਾਰੀਆਂ ਨੂੰ ਮੈਨੇਜ ਕਰਨਾ ਦੋਨਾਂ ਤੋਂ ਸਵਾਲ ਹੈ ਮੇਰਾ ਮੇਰਾ ਥੋੜਾ ਜਿਹਾ ਮੈਨੂੰ ਇਸ ਕਰਕੇ ਅ ਹਲਕਾ ਜਿਹਾ ਮੁਸ਼ਕਲ ਹੁੰਦਾ ਕਿ ਦੋ ਮੁੰਡਿਆਂ ਨੇ ਦਾ 뮤직 ਤਾਂ ਬੀਟ ਨੇ ਤੇ ਗੈਗਸ ਸਟੂਡੀਓ ਕਗਨ ਤਸਲੀਮ ਉਹ ਨਾਮ ਹੈ ਉਹ ਕੈਲਗਰੀ ਚ ਮੂਵ ਕਰ ਗਏ ਸੀ ਸੋ ਟਾਈਮਿੰਗ ਆਊਟ ਹੁੰਦੀ ਸੀ ਕਈ ਵਾਰੀ ਕੁਝ ਫੋਨ ਤੇ ਗੱਲ ਕਰਨਾ ਉਥੋਂ ਫਿਰ ਸਮੀਰ ਚਾਰੇਗਾਂਵ ਕਾ ਸਾਡੇ ਇੰਜੀਨੀਅਰ ਹੈ ਬੰਬੇ ਆ ਉਹ ਸਾਰਿਆਂ ਨੂੰ ਮੈਨੇਜ ਕਰਨਾ ਫਿਰ ਜਦੋਂ ਕਈ ਵਾਰੀ 뮤직 ਕੋਈ ਇਨਸਟਰੂਮੈਂਟ ਰਿਕਾਰਡ ਕਰਨਾ ਤੇ ਉਦੋਂ ਮੈਂ ਵੀ ਹਾਜ਼ਰ ਹੋ ਮੈਂ ਕਾਨਸਰਟ ਤੇ ਨਾ ਹੋਵਾਂ ਉਦਾਂ ਦੀਆਂ ਚੀਜ਼ਾਂ ਹੁੰਦੀਆਂ ਸੀ ਕਿ ਪਰ ਮੈਨੂੰ ਚੰਗਾ ਲੱਗਦਾ ਮਤਲਬ ਮੈਨੂੰ ਹਾਰਡ ਵਰਕਿੰਗ ਬਹੁਤ ਕੈਚੀ ਲੱਗਦੀ ਹੈ ਮੈਂ ਤੂੰ ਜਿੰਨਾ ਮਰਜੀ ਜੇ ਮੈਂ ਜਾਗਦਾ ਹੋਇਆ ਮੈਨੂੰ ਤੂੰ ਜਿੰਨਾ ਮਰਜੀ ਕੰਮ ਕਰਾ ਲਓ ਬਸ ਸਲੀਪਿੰਗ ਲਈ 6-7 ਹੋਅ ਚਾਹੀਦੀ ਆਦਰਵਾਇਸ ਜਿੰਨਾ ਜਿਰ ਮੈਂ ਜਾਗ ਰਿਹਾ ਆਈ ਕੈਨ ਵਰਕ ਉਸ ਕੁਝ ਸਮਾਂ ਪਹਿਲੇ ਸਿਰਦੂਲ ਸਕੰਦਰ ਉਹਨਾਂ ਨੇ ਕਾਨਸਰਟ ਦੇ ਵਿੱਚ ਇੱਕ ਗੱਲ ਆਖੀ ਸੀ ਕਿ ਅੱਜ ਕੱਲ ਦੀ ਮੁਹੱਬਤ ਥੋੜੀ ਐਸੀ ਹੈ ਕਿ ਤੂੰ ਨਹੀਂ ਤਾਂ ਹੋਰ ਸਹੀ ਹੋਰ ਨਹੀਂ ਤਾਂ ਹੋਰ ਸਹੀ ਕਹਿੰਦੇ ਨੇ ਕਿ ਦਿਲ ਦੀਆਂ ਫੋਟੋ ਸਟੇਟਾਂ ਕਰਵਾ ਕੇ ਰੱਖ ਲਈਆਂ ਗਈਆਂ ਨੇ ਤੇ ਹਰ ਇੱਕ ਮੋੜ ਤੇ ਗਲਤੀ ਫੋਟੋ ਸਟੇਟ ਤੇ ਕਿਹਾ ਜਾਂਦਾ ਆ ਚੱਕ ਦਿਲ ਦੀ ਫੋਟੋ ਆ ਚੱਕ ਦਿਲ ਦੀ ਫੋਟੋ ਸੋ ਅੱਜ ਕੱਲ ਇਸ ਮੁਹੱਬਤ ਨੂੰ ਤੁਸੀਂ ਕਿਵੇਂ ਵੇਖਦੇ ਹੋ ਦੋਨਾਂ ਤੋਂ ਸਵਾਲ ਹੈ ਪਹਿਲੇ ਮੈਂ ਨੀਰੂ मैम ਤੋਂ ਜ਼ਰੂਰ ਪੁੱਛਾਂਗੀ ਮੈਂ ਸੋਚ ਲਾ ਨਹੀਂ ਜੋ ਵੀ ਦਿਲ ਚਾਹਦਾ ਬੜਾ ਕੀ ਆਈਵ ਮੈਵਰ ਥੋਟ ਅਬਾ ਰਿਹਾ ਜੋ ਜਿਹਦੇ ਵਿੱਚ ਖੁਸ਼ੀਆਂ ਨੂੰ ਹੋਣ ਤੋਂ ਖੁਸ਼ੀ ਮਿਲਣ ਦੋ ਆਈਵ ਰੀਲੀ ਹਾਵ ਨੋ ਜਜਮੈਂਟ ਔਨ ਥਿਸ ਤੁਸੀਂ ਮੈਂ ਥੋੜਾ ਸੋਚਦੀ ਹਾਂ ਤੁਸੀਂ ਦੋਨਾਂ ਦਾ ਜਵਾਬ ਲਓ ਹਾਲੇ ਫਿਰ ਦੁਬਾਰਾ ਕੁਝ ਦੇਣਾ ਤੁਸੀਂ ਅੰਸਰ ਮੇਰਾ ਹੋ ਗਿਆ ਜਿਹਨੂੰ ਜੀਤੇ ਚ ਖੁਸ਼ੀ ਮਿਲਦੀ ਆ ਜਿੰਨੀ ਵਾਰ ਆਪ ਦਾ ਦਿਲ ਦੇਣਾ ਦੋ ਆਮ ਮੇਰੀ ਕੋਈ ਜਜਮੈਂਟ ਨਹੀਂ ਹੈ ਓਨੈਸਟਲੀ ਮੈਂ ਆ ਨਹੀਂ ਕਹੂੰਗੀ ਕਿ ਉਹ ਉਹ ਖਰਾਬ ਆ ਉਹ ਠੀਕ ਨਹੀਂ ਆਈ ਹੋਣਾ ਚਾਹੀਦਾ ਉਹ ਨਹੀਂ ਹੋਣਾ ਚਾਹੀਦਾ ਮਤਲਬ ਆਮ ਨਾਨ ਜਜਮੈਂਟਲ ਪਰਸਨ ਹਮ ਸੀਰੀਅਸਲੀ ਮੈਂ ਲੱਗਦਾ ਮੈਂ ਵੀ ਇਹ ਹੀ ਕਹਿ ਦਿੰਦਾ ਠੀਕ ਆ ਤੂੰ ਐਵੇਂ ਅੱਗੇ ਬਤਾਉਣੀ ਕਰ ਨਹੀਂ ਪਰ ਮੈਨੂੰ ਲੱਗਦਾ ਕਿ ਤੁਸੀਂ ਇਸ ਚੀਜ਼ ਦਾ ਬਹੁਤ ਖੁਬ ਖੂਬੀ ਜਵਾਬ ਦੇ ਸਕਦੇ ਹੋ ਲਵ ਗੁਰੂ ਨਹੀਂ ਮੈਂ ਚਲੋ ਵੈਸੇ ਮੈਂ ਨਹੀਂ ਬੋਲਣਾ ਚਾਹੁੰਦਾ ਸੀਗਾ ਜੋ ਮੈਡਮ ਨੇ ਕਿਹਾ ਤਾਂ ਆਈ ਸੈਕੰਡ ਡੇਟ ਮੈਂ ਤਾਂ ਇਹੀ ਕਹੂੰਗਾ ਪਰ ਜੇ ਤੁਸੀਂ ਚਾਹ ਨਹੀਂ ਅਗੇ ਹੋਰ ਕੁਝ ਨਾ ਕੁਝ ਬੋਲੋ ਕੁਝ ਨਾ ਕੁਝ ਤੇ ਬੋਲਣਾ ਹੀ ਪੈਣਾ ਜੀ ਤੇ ਜਿੱਦਾਂ ਜਿੱਦਾਂ ਦੌਰ ਬਦਲਦੇ ਆ ਜ਼ਮਾਨੇ ਬਦਲਦੇ ਆ ਹਮ ਮੈਨੂੰ ਲੱਗਦਾ ਇਹ ਫੈਸਿਲਿਟੀ ਹੋ ਗਈ ਹੈ ਇਹ ਹਮ ਬੈਲਾਈ ਫੈਸਿਲਿਟੀ ਜَا ਅਵੇਲੇਬਲ ਨਹੀਂ ਸੀਗੀ ਜਾਂ ਥੋੜੇ ਜੇ ਐਥੀਕਲ ਬਾਰਡਨ ਆਫ ਐਥਿਕਸ ਹਨ ਅਸੀਂ ਕਹਿੰਨੇ ਆ ਉਹ ਸੀਗਾ ਇਦਾਂ ਹੀ ਡਿਵੋਰਸ ਦਾ ਵੀ ਆ ਮੈਨੂੰ ਲੱਗਦਾ ਪਹਿਲਾਂ ਐਗਜ਼ਿਸਟ ਤਾਂ ਕਰਦਾ ਸੀਗਾ ਪਰ ਉਹ ਫੋਬੀਆ ਸੀ ਜ਼ਮਾਨੇ ਯਾਰ ਅੱਛਾ ਲੋ ਮਨਾਂ ਪਿੰਡਿਸ ਤਾਂ ਚਲੋ ਬਿਲਕੁਲ ਨਹੀਂ ਸ਼ਹਿਰ ਚ ਵੀ ਨਹੀਂ ਹੁੰਦੋਂਦੇ ਮਤਲਬ ਜੇ ਤੁਸੀਂ 1920 ਦੀ ਗੱਲ ਕਰੋ ਸ਼ਹਿਰ ਡਿਵੋਰਸ ਉਹ ਵੀ ਅਵੇਲੇਬਲ ਹੁੰਦਾ ਹੋਗਾ ਪਰ ਕੋਈ ਕਰਦਾ ਨਹੀਂ ਸੀਗਾ ਹਮ ਚ ਔਖੇ ਸੌਖੇ ਜ਼ਿੰਦਗੀ ਨਿਕਲ ਜਾਂਦੀ ਸੀਗੀ ਤੇ ਹੁਣ ਇਹਨੂੰ ਮੈਂ ਆ ਮੈਡਾ ਫੈਸਿਲਿਟੀ ਹੈ ਨਾ ਬੇਸਿਕਲੀ ਉਹੀ ਦੂਸਰੀ ਵੀ ਆ ਪਰ ਜਿਹਨਾਂ ਦੀ ਜੈਨੂਨ ਲੱਗ ਜਾਂਦੀ ਆ ਫੈਕਸ਼ਨ ਜਿਹਨਾਂ ਨੂੰ ਖਿੱਚ ਜਦੋਂ ਦਿਲ ਪੰਪ ਕਰਦਾ ਕਿਸੇ ਨੂੰ ਦੇਖ ਕੇ ਕਿਸੇ ਨੂੰ ਯਾਦ ਕਰਕੇ ਜੋ ਹੁੰਦਾ ਤੇ ਉਹ ਹੱਲ ਵੀ ਹੈਗਾ ਆ ਮਤਲਬ ਸਿਰਫ ਗੱਲਾਂ ਉਹ ਪੌਪੂਲਰ ਹੋ ਜਾਂਦੀਆਂ ਜਿਹੜੀਆਂ ਥੋੜੀਆਂ ਥੋੜੀਆਂ ਡੋਜੀ ਆ ਇਹ ਹਿਊਮਨ ਟੈਂਡੈਂਸੀ ਆ ਤੁਹਾਨੂੰ ਹਮੇਸ਼ਾ ਹੀ ਲੜਾਈ ਚੰਗੀ ਲੱਗਣੀ ਆ ਨੀਓਟਿਟੀ ਚੰਗੀ ਲੱਗਣੀ ਆ ਰੋਂਗ ਜਾਂ 네ਗੇਟਿਵ ਚੀਜ਼ਾਂ ਅਟਰੈਕਟ ਜ਼ਿਆਦਾ ਕਰਦੀਆਂ ਇਹਦੇਚ ਇਟ ਨੈਨਸੀ ਹੈ ਮਨ ਤੁਸੀਂ ਸਾਈਕੋਲੋਜੀ ਤੁਸੀਂ ਫਰੌਇਡ ਪੜ੍ਹ ਲਓ ਤੁਹਾਨੂੰ ਪਤਾ ਲੱਗ ਜਾਣਾ ਹਨਾ ਚੰਗਿਆਈ ਕਰਨ ਦੇ ਲਈ ਐਫਰਟ ਕਰਨੇ ਪੈਂਦੇ ਹੈ ਬੁਰਾਈ ਆਪਣੇ ਆਪ ਹੁੰਦੀ ਹੀ ਰਹਿੰਦੀ ਹੈ ਸੋ ਇਹੋ ਉਹ ਗੱਲ ਹੈ ਪਰ ਇਹ ਪੌਪੂਲਰ ਹੋ ਗਈਆਂ ਤੁਸੀਂ ਕਦੀ ਇਨ ਜਨਰਲ ਕਿਸੇ ਕਾਲਜ ਚੱਲਿਓ ਵੈਸੇ ਸਰਵੇ ਕਰਨਾ ਸ਼ੁਰੂ ਕਰਿਓ ਤਾਨੂੰ ਬੁੱਤਬਤ 5 10 15 ਇਹੋ ਜੇ ਮਿਲ ਜਾਣਗੇ ਤੁਹਾਨੂੰ 75 ਉਹ ਮਿਲਣਗੇ ਜਿਹਨ ਲੱਗਦਾ ਯਾਰ ਕਿ ਉਹ ਮੇਰੀ ਤਾਂ ਡ੍ਰੀਮ ਗੱਲ ਹੋਸੀ ਬਸ ਉਸ ਤੋਂ ਬਾਅਦ ਨਹੀਂ ਪ੍ਰੋਮੋਸ਼ਨ ਨਹੀਂ ਫੀਲ ਹੋਇਆ ਇਦਾਂ ਹੀ ਉਹ ਕਹੂਗੀ ਉਹ ਬੰਦੇ ਗਲੋਰੀਫਾਈ ਨਹੀਂ ਹੁੰਦੀ ਅਸਲ 'ਚ ਜਿਹੜੇ ਚੰਗਿਆਈ ਬਹੁਤ ਘੱਟ ਗਲੋਰੀਫਾਈ ਹੁੰਦੀ ਹੈ ਦਿਸ ਇਜ਼ ਦੀ ਓਨਲੀ ਰੀਜ਼ਨ ਵੀ ਆਰ ਟਾਕਿੰਗ ਅਬਾਊਟ ਥਿਸ ਬਿਲਕੁਲ ਸੋ ਮੈਨੂੰ ਲੱਗਦਾ ਹੈ ਕਿ ਤੋਂ ਬਾ ਕਮਾਲ ਜਵਾਬ ਸਾਨੂੰ ਨਹੀਂ ਮਿਲਣਾ ਸੀ ਕਿਸੇ ਤੋਂ ਵੀ ਹੋਰ। थैंक यू। ਸੋ ਅ ਹਰ ਇੱਕ ਨੂੰ ਵੈਸੇ ਕਿਹਾ ਜਾਂਦਾ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਸੰਤੁਸ਼ਟ ਹੋਣਾ ਚਾਹੀਦਾ ਔਰ ਮੈਨੂੰ ਲੱਗਦਾ ਹੈ ਕਿ ਇਹ ਚੀਜ਼ ਐਕਸੈਪਟ ਕਰਨੀ ਬਹੁਤ ਔਖੀ ਹੈ ਕਿ ਅਸੀਂ ਸੰਤੁਸ਼ਟ ਹੈਗੇ ਆਂ। ਬਟ ਇੱਕ ਕਲਾ ਦੇ ਵਿੱਚ ਸੰਤੁਸ਼ਟੀ ਤੇ ਇੱਕ ਆਪਣੀ ਜ਼ਿੰਦਗੀ ਦੇ ਵਿੱਚ ਸੰਤੁਸ਼ਟੀ ਹੋਣੀ ਕਿੰਨੀ ਕੁ ਜ਼ਰੂਰੀ ਹੈ? ਯਾ ਸਰਤਾਜ ਹੋਣੀ ਆਪਣੀ ਜ਼ਿੰਦਗੀ ਤੋਂ ਯਾ ਕਲਾ ਤੋਂ ਕਿੰਨੇ ਕੁ ਸੰਤੁਸ਼ਣੇ ਫਿਲਹਾਲ? ਮੈਡਮ ਨੇ ਵੀ ਪੁੱਛ ਲਓ ਪੁੱਛੇ ਸੀ ਨਹੀਂ ਦੱਸੋ ਕੀ ਜਵਾਬ ਦੋ ਤੁਹਾਨੂੰ ਪੁੱਛਿਆ ਪਹਿਲੇ ਫਾਡੇ ਕੋਲ ਆ ਨਾਮ ਦੋਗੇ ਹੀ ਸਭ ਸਵਾਲ ਦੁਬਾਰਾ ਜਦ ਤੱਕ ਉਹ ਸੋਚ ਲੈਣਗੇ ਹਾਂ ਜਦ ਤੱਕ ਨਾਮ ਸੋਚ ਲੈਣਗੇ ਦੇਖੋ ਮੈਨੂੰ ਤਾਂ ਸੈਟੀਸਫੈਕਸ਼ਨ ਸ਼ੁੱਡ ਬੀ ਦੀ ਗੋਲ ਮਤਲਬ ਬਲਿਸਫੁਲਨੈਸ ਲਾਈਫ ਹੋਣੀ ਚਾਹੀਦੀ ਹੈ ਸਕਸੈਸਫੁਲ ਹੋਵੇ ਜਾਂ ਨਾ ਹੋਵੇ ਤੇ ਪਰੇ ਮੇਰੀ ਮੈਥਡੋਲੋਜੀ ਐ ਪ੍ਰਡਿਕਟ ਨਹੀਂ ਐ ਕਿਸੇ ਤੇ ਵੀ ਲਾਗੂ ਕਰਨਾ ਕੋਈ ਜ਼ਰੂਰੀ ਨਹੀਂ ਐ ਮੈਂ ਹਮੇਸ਼ਾ ਕੋਈ ਗਲ ਕਹਣਾ ਇਹ ਮੇਰਾ ਟੇਕ ਆ ਤੁਸੀਂ ਇਹਨੂੰ ਬਿਲਕੁਲ ਹੀ ਇਹ ਕਹਿਣਾ ਕਿ ਯਾਰ ਛੇ ਠੀਕ ਕਰ ਰਹੇ ਮੈਨੂੰ ਜੋ ਚੰਗਾ ਲੱਗਦਾ ਮੈਂ ਉਹ ਕਹਿਣਾ ਤੇ ਉਹ ਕਰਦਾ ਤੇ ਮਹਿਸੂਸ ਕਰਦਾ ਤੇ ਉਦਾਂ ਹੀ ਰਿਐਕਟ ਕਰਦਾ ਬਿਲਕੁਲ ਸਾਰਿਆਂ ਨੂੰ ਇਦਾਂ ਕਰਨਾ ਚਾਹੀਦਾ ਬੇਸਿਕਲੀ ਇਹਨੂੰ ਖੁਦਮਖਤਾਰੀ ਦਾ ਲਫ਼ਜ਼ ਹੈ ਇਹਨੂੰ ਸੋਵਰਿਟੀ ਕਹਿੰਦੇ ਆ ਜੇ ਦੱਸਣਾ ਕਾਮਯਾਬੀ ਕੀ ਤਾ ਖੁਦਮਖਤਾਰੀਆਂ ਆਖੋ ਜੇ ਦੱਸਣਾ ਏ ਹਿਸਾਬੀ ਕੀ ਤਾ ਸਾਹਾਂ ਸਾਰੀਆਂ ਆਖੋ ਜੇ ਦੱਸਣਾ ਏ ਕਿਤਾਬੀ ਕੀ ਤਾ ਅਕਲਾਂ ਭਾਰੀਆਂ ਆਖੋ ਜੇ ਦੱਸਣਾ ਏ ਸ਼ਰਾਬੀ ਕੀ ਤਾ ਸੁਰਤਾਂ ਖਾਰੀਆਂ ਆਖੋ ਜੇ ਦੱਸਣਾ ਇਨਕਲਾਬੀ ਕੀ ਤਾ ਫਿਰ ਸਰਦਾਰੀਆਂ ਆਖੋ

ਜ਼ਿੰਦਗੀ ਜਿਉਂਗੀ ਆ ਅੱਜ ਮੈਂ ਬਹੁਤ ਕੁਝ ਕਰਨਾ ਹੈ ਪਰ ਆਮ ਵੈਰੀ ਹੈਪੀ ਵਿਦ ਜੋ ਮੈਂ ਕਰ ਰਹੀ ਆ ਐਂਡ ਬਟ ਹੰਗਰ ਤਾਂ ਹੈ ਪੈਸ਼ਨ ਤਾਂ ਹੈ ਕਿ ਹੋਰ ਕੁਝ ਕਰਾਂ ਬਿਲਕੁਲ ਸੋ ਮੈਨੂੰ ਲੱਗਦਾ ਹੈ ਕਲਾ ਦੀ ਸੰਤੁਸ਼ਟੀ ਹੋਣੀ ਵੀ ਨਹੀਂ ਚਾਹੀਦੀ ਹੈ ਹਾਂਜੀ ਬਿਲਕੁਲ ਜੀ ਹਾਂ ਕ੍ਰੀਏਟੀਵਿਟੀ ਵੀ ਹੁੰਦੀ ਵੀ ਨਹੀਂ ਆ ਔਰ ਉਹ ਲਿਮਿਟਲੈਸ ਹੈ ਕਦੀ ਹੋ ਸਕਦੀ ਵੀ ਨਹੀਂ ਜੇ ਕੋਈ ਸੋਚੇ ਕਿ ਮੁਕੰਮਲ ਹੋ ਗਈ ਆ ਹੁੰਦੀ ਨਹੀਂ ਆ ਪੇਂਟਿੰਗ ਵੀ ਕੋਈ ਮੁਕੰਮਲ ਨਹੀਂ ਹੁੰਦੀ ਪੋਇਟਰੀ ਵੀ ਕੋਈ ਮੁਕੰਮਲ ਨਹੀਂ ਹੁੰਦੀ ਨਾਚ ਵੀ ਕੋਈ ਮੁਕੰਮਲ ਨਹੀਂ ਹੁੰਦਾ ਗੀਤ ਵੀ ਕੋਈ ਨਹੀਂ ਹਮੇਸ਼ਾ ਹੀ ਉਹਦੇ ਵਿੱਚ ਪੋਸਿਬਿਲਿਟੀਆਂ ਰਹਿੰਦੀਆਂ ਹੀ ਨੇ ਤੇ ਇਹੀ ਫੀਨੋਮੀਨਾ ਹੈ ਆਰਟ ਦਾ ਇਸੇ ਕਰਕੇ ਇਹਦੀ ਬਿਊਟੀ ਹੈ ਬਿਲਕੁਲ ਸੋ ਥੈਂਕ ਯੂ ਸੋ ਮੱਚ ਐਂਡ ਵਿਸ਼ ਆਲ ਦਾ ਵੈਰੀ ਬੈਸਟ ਐਂਡ ਮੈਂ ਹਮੇਸ਼ਾ ਚਾਹਾਂਗੀ ਕਿ ਤੁਸੀਂ ਤੁਹਾਡੀ ਇਹ ਫਿਲਮ ਐਂਡ ਅੱਗੇ ਵਾਲੇ ਆਉਣ ਵਾਲੇ ਪ੍ਰੋਜੈਕਟਸ ਹਮੇਸ਼ਾ ਬੁਲੰਦੀਆਂ ਤੇ ਰਹਿਣ ਸਾਡੀ ਪੰਜਾਬੀ ਇੰਡਸਟਰੀ ਨੂੰ ਤੁਸੀਂ ਹਮੇਸ਼ਾ ਕੁਝ ਨਾ ਕੁਝ ਨਵਾਂ ਜ਼ਰੂਰ ਲੈ ਕੇ ਆਓ ਥੈਂਕ ਯੂ ਸੋ ਮੱਚ ਸੋ ਮੱਚ ਸੋ ਨੀ ਅਪ੍ਰੈਲ ਨੂੰ ਫਿਲ ਮਾਰੀਆ ਸ਼ਾਇਦ ਜ਼ਰੂਰ ਜਾਓ ਨੇਡਲੈਸ ਸਨਮਾ ਕਰਾਂ ਦੇ ਵਿੱਚ ਦੇਖੋ ਕਿਉਂਕਿ ਜੇਕਰ ਤੁਸੀਂ ਇਹੋ ਜਿਹੇ ਕੁਝ ਖਾਸ ਫਿਲਮਾਂ ਨੂੰ ਹੰਗਾਰਾ ਦੋਗੇ ਤਾਂ ਹੀ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਇਹੋ ਜਿਹੇ ਕੁਝ ਖਾਸ ਫਿਲਮਾਂ ਸਮੇਂ-ਸਮੇਂ ਤੇ ਜ਼ਰੂਰ ਬਣਨਗੀਆਂ